بسم اللہ الرحمن الرحیم ਤੇ ਅਸਲਾਮ ਵਾਲੇਕਮ ਅੱਜ ਦੇ ਪੰਜਾਬੀ ਵੀਲੌਗ ਚ ਸੱਜਣਾ ਮਿੱਤਰਾਂ ਭੈਣਾ ਭਰਾਵਾਂ ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ ਅੱਜ ਤੁਹਾਡੇ ਨਾਲ ਫੇਰ ਕੋਈ 5-7 ਗੱਲਾਂ ਸਾਂਝੀਆਂ ਕਰਨੀਆਂ ਨੇ ਤੇ ਜਿਹੜੀ ਅੱਜ ਦੀ ਪਹਿਲੀ ਗੱਲ ਜਿਹਦੇ ਤੇ ਅਸੀਂ ਚਾਨਣ ਪਾਉਣਾ ਉਹ ਹੈਗੀ ਹੈ ਚਾਈਨਾ ਤੋਂ ਤੇ ਗੱਲ ਹੈਗੀ ਹੈ ਸਾਡੀ ਬਾਜੀ ਮਰੀਮ ਨਵਾਜ਼ ਦੀ ਜਿਹੜੀ ਖਾਸ ਅਸਿਸਟੈਂਟ ਨੇ ਔਰ ਉਹ ਵੀ ਸਾਡੀ ਬਾਜੀ ਹੈ ਉਹਨਾਂ ਦਾ ਨਾਂ ਹੈ ਹਿਨਾ پرویز ਬੱਟ ਸਾਹਾ ਉਹਨਾਂ ਦੇ ਬਾਰੇ ਉਹ ਗਈਆਂ ਨੇ ਚਾਈਨਾ ਤੇ ਚਾਈਨਾ ਕੋਈ ਜ਼ਾਤੀ ਦੌਰੇ ਤੇ ਨਹੀਂ ਗਈਆਂ ਬਲਕਿ ਜਿਹੜੀ ਨਿੱਕੀ ਬਾਜੀ ਹਿਨਾ ਪ੍ਰਵੇਸ਼ ਬੱਟਸਾਬਾ ਨੇ ਨਾ ਉਹ ਚਾਈਨਾ ਗਈਆਂ ਨੇ ਸਰਕਾਰੀ ਦੌਰੇ ਤੇ ਤੇ ਉੱਥੇ ਜਾ ਕੇ ਉਹਨਾਂ ਜਿਹੜਾ ਕੰਮ ਕਰ ਛੱਡਿਆ ਹੈ ਨਾ ਉੱਤੇ ਤੁਸੀਂ ਤੇ ਜਿਹੜਾ ਵਾਰੀ ਸਦਕੇ ਜਾਓਗੇ ਜਾਓਗੇ ਤੁਸੀਂ ਤੇ ਉਹਨਾਂ ਨੂੰ ਜਿਹੜਾ ਅਵਾਰਡ ਦੇਣਾ ਚਾਹੋਗੇ ਦਿਓਗੇ ਚਾਈਨਾ ਵਾਲੇ ਵੀ ਪਰੇਸ਼ਾਨ ਹੋ ਗਏ ਨੇ ਹੁਣ ਚਾਈਨਾ ਵਾਲੇ ਹੋਰੇ ਸੋਚਣ ਦੇ 21 ਤੋਪਾਂ ਦੀ ਸਲਾਮੀ ਦੇਈਏ ਹੁਣ ਰੱਬ ਕਰੇ ਵੀ ਉਹ ਤੋਪਾਂ ਦਾ ਮੂੰਹ ਪਰਲੇ ਪਾਸੇ ਨੂੰ ਰੱਖਣ ਕਿ ਤੇ ਬਾਜੀ ਵਾਲੇ ਪਾਸੇ ਨਾ ਕਰ ਦੇਣ ਕਿਉਂਕਿ ਬਾਜੀ ਨੇ ਜਿਉਂ ਜਿਹਾ ਕੰਮ ਕੀਤਾ ਨਾ ਕੋਈ ਪਤਾ ਨਹੀਂ ਤੋਪਾਂ ਦਾ ਮੂੰਹ ਜਿਹੜਾ ਬਾਜੀ ਵਾਲੇ ਪਾਸੇ ਨੂੰ ਕਰ ਦੇਣਾ ਮੈਂ ਬਾਜੀ ਹਿਨਾ ਪ੍ਰਵੇਸ਼ ਬੱਟ ਦੀ ਗੱਲ ਕਰਨ ੜਿਆ ਉਹ ਹੋਇਆ ਕੁਝ ਇੰਜ ਹੈ ਕਿ ਬਾਜੀ ਉੱਥੇ ਗਈ ਤੇ ਬਾਜੀ ਨੂੰ ਤਸਵੀਰਾਂ ਖਿਚਵਾਉਣ ਦਾ ਬੜਾ ਸ਼ੌਕ ਹੈ ਕੈਮਰੇ ਦੇ ਅੱਗੇ ਰਹਿਣ ਦਾ ਤਸਵੀਰਾਂ ਖਿਚਵਾਉਣ ਦਾ ਗੱਲ ਆਵੇ ਨਾ ਆਵੇ ਉਹ ਇੱਕ ਤੁਸੀਂ ਗੱਲ ਸੁਣੀ ਹੋਣੀ ਹੈ ਐਸਪੀ ਸਵਾਰੀ ਲੱਭੇ ਨਾ ਲੱਭੇ ਸਪੀਡ 190 ਏਸ ਵਾਲੀ ਬਾਜੀ ਤੋਂ ਇੱਕ ਤੇ ਉਹ ਬਾਜੀ ਦੂਜੀ ਹੈ ਨਾ ਅਜ਼ਮਾ ਬੁਖਾਰੀ ਜਿਹਦਾ ਮੇਰੇ ਜਿਹੜਾ ਵੱਡਾ ਸਾਰਾ ਮੂੰਹ ਹੈ ਉਹ ਤੇ ਇੱਕ ਹੋਰ ਗੱਲ ਹੈ ਲੇਕਿਨ ਇਹ ਜਿਹੜੀ ਬਾਜੀ ਹੈ ਨਾ ਸਾਡੀ ਉਹ ਤੇ ਫਿਰ ਵੀ ਚਲੋ ਉਹਦੀ ਸਪੀਡ ਬਹੁਤ ਤੇਜ਼ ਹੈ ਜਿਵੇਂ ਮਸ਼ੀਨ ਦਾ ਬਖਾ چھوٹਾ ਕਰਕੇ ਸਲਾਈ ਤੇਜ਼ ਲਾਉਣੀ ਹੋਵੇ ਤੇ ਚਲਾਈ ਦੀ ਨਾ ਸਟਿਚਿੰਗ ਮਸ਼ੀਨ ਇਹ ਜਿਹੜੀ ਸਾਡੀ ਬਾਜੀ ਹੈ ਨਾ ਇਹ ਤੇ ਗੱਲ ਆਵੇ ਨਾ ਆਵੇ ਉਹੀ ਗੱਲ ਵੀ ਸਵਾਰੀ ਲੱਭੇ ਨਾ ਲੱਭੇ ਸਪੀਡ 190 ਬੱਕ ਕੈਮਰੇ ਦੇ ਸਾਹਮਣੇ ਫੁਰਤੀਆਂ ਇਹ ਬਾਜੀ ਜਿਸ ਵੇਲੇ ਅਸੈਂਬਲੀ ਜਾਂਦੀ ਏ ਗੱਡੀ 'ਚ ਉਤਰਦੀ ਉੱਥੋਂ ਵੀਡੀਓ ਬਣਨਾ ਸ਼ੁਰੂ ਹੁੰਦੀ ਏ ਤੇ ਸੀੜੀਆਂ ਚੜਦੀ ਏ ਤੇ ਉਤਰਦੀ ਏ ਤੇ ਮੇਰਾ ਮਤਲਬ ਉਹਦੇ ਪਿੱਛੇ ਗਾਣੇ ਲੱਗਦੇ ਨੇ ਤੇ ਪਤਾ ਨਹੀਂ ਕੀ ਕੁਝ ਹੁੰਦਾ ਬਹਰਬਲ ਪੂਰੀ ਇੱਕ ਜਨਾਬੇ ਵਾਲਾ ਜਿਹੜੀ ਹੈ ਨਾ ਉਹ 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 ਉਧਰ ਚੜਦੇ ਪੰਜਾਬ ਦੀ ਪੰਜਾਬੀ ਫਿਲਮ ਹੀ ਹੁੰਦੀ ਏ ਬਾਜੀ ਦਾ ਜਾਣਾ ਹੁਣ ਤੁਸੀਂ ਸੋਚਦੇ ਹੋਗੇ ਵੀ ਬਾਜੀ ਨੇ ਕੀਤਾ ਕੀ ਹੈ ਜਿਹੜਾ ਮੈਂ ਮਗਰ ਪੈ ਗਿਆ ਆਪਣੀ ਭੈਣ ਦੇ ਜੋਇਆ ਇਸ ਤਰ੍ਹਾਂ ਕਿ ਉੱਥੇ ਮੀਟਿੰਗ ਚ ਗਏ ਨੇ ਤੇ ਉੱਥੇ ਬਹਿ ਕੇ ਤੇ ਉੱਥੇ ਅੱਗੇ ਨਾਂ ਲਿਖਿਆ ਸੀ ਜੇ ਤੁਸੀਂ ਤਸਵੀਰਾਂ ਚ ਵੇਖ ਰਹੇ ਹੋ ਚਾਈਨੀਜ਼ ਜ਼ਬਾਨ ਚ ਵੀ ਹਿਨਾ ਪ੍ਰਵੇਜ਼ ਬੱਟ ਸਾਬਾ ਦਾ ਨਾਂ ਲਿਖਿਆ ਸੀ ਅੰਗਰੇਜ਼ੀ ਚ ਵੀ ਲਿਖਿਆ ਸੀ ਬੜੇ ਸੋਹਣੇ ਬੜੇ ਕੱਪੜੇ ਪਾ ਕੇ ਬਿਲਕੁਲ ਪੜੀ ਲਿਖੀ ਲੱਗ ਰਹੀ ਸੀ ਉਹ ਲੱਗ ਰਿਹਾ ਸੀ ਕਿ ਚਾਈਨਾ ਦੇ ਸਾਰੇ ਜਿਹੜੇ ਕੋਡ ਛੋੜ ਨੇ ਨਾ ਮਜ਼ਾਇਲ ਮਜ਼ੂਲ ਬਣਾਉਣ ਦੇ ਤੇ ਅਲੀ ਬਾਬਾ .com ਬਣਾਉਣ ਦੇ ਤੇ ਇਹ ਮੋਬਾਈਲ ਫੋਨ ਬਣਾਉਣ ਦੇ ਤੇ ਹਰ ਸ਼ੈ ਉਹ ਇਹਨੇ ਉੱਥੋਂ ਲਿਖ ਲਿਆਉਣੇ ਨੇ ਇੰਜ ਪੂਰੀ ਤਵਜੋਹ ਦੇ ਨਾਲ ਲਿਖ ਰਹੀ ਸੀ ਤੇ ਤਸਵੀਰਾਂ ਜਨਾਬ ਇੱਕ ਇੱਕ ਟਵੀਟ ਦੇ ਵਿੱਚ ਚਾਰ ਚਾਰ ਤਸਵੀਰਾਂ ਛੱਡੀਆਂ ਨੇ ਜਿਵੇਂ ਇੱਕ ਇੱਕ ਅੰਗੂਠੀ 'ਚ ਬਾਜੀ ਨੇ ਚਾਰ ਚਾਰ ਵੱਡੀ ਬਾਜੀ ਨੇ ਹੀਰੇ ਨਹੀਂ ਲਵਾਏ ਉਸ ਤਰੀਕੇ ਨਾਲ ਇੱਕੋ ਹੀ ਟਵੀਟ ਦੇ ਵਿੱਚ ਚਾਰ ਤਸਵੀਰਾਂ ਛੱਡੀਆਂ ਨੇ ਤੇ ਉਹ ਵੀ ਐਚਡੀ ਇਹ ਜਿਹੜਾ ਐਚਡੀ ਹੈ ਨਾ ਇਹ ਬੜਾ ਜ਼ਾਲਮ ਜੀ ਇਹ ਪੁਰਾਣਾ ਜ਼ਮਾਨਾ ਸੀ ਨਾ ਆਪਣੇ ਭਾ ਦਰਮਿੰਦਰ ਵਾਲਾ ਭਾ ਕਿਆ ਦਿੱਤਾ ਮੈਂ ਚਾਚੇ ਜਾਂ ਤਾਏ ਦਰਮਿੰਦਰ ਵਾਲਾ ਜਤਿੰਦਰ ਸਾਹਿਬ ਵਾਲਾ ਉਸ ਜ਼ਮਾਨੇ ਦੇ ਵਿੱਚ ਨਾ ਇਡੇ ਕੈਮਰੇ ਕਲੀਅਰ ਸਨ ਨਿਆਂ ਸਕਰੀਨਾਂ ਕਲੀਅਰ ਸਨ ਉਸ ਵੇਲੇ ਜਿਹੜੀਆਂ ਫਿਲਮਾਂ ਬਣਦੀਆਂ ਬਣਦੀਆਂ ਸਨ ਉਹ ਜਨਾਬੇ ਵਾਲਾ ਇੱਕ ਪਾਸੇ ਸ਼ੇਵ ਠੀਕ ਹੋਈ ਇੱਕ ਪਾਸੇ ਖਰਾਬ ਹੋਈ ਚੱਲ ਜਾਂਦਾ ਸੀ ਕੰਮ ਇਸੇ ਤਰੀਕੇ ਨਾਲ ਇੱਕ ਪਾਸੇ ਮੇਕਅਪ ਚੰਗਾ ਹੋਇਆ ਹੀਰੋਨ ਦਾ ਦੂਜੇ ਪਾਸੇ ਨਹੀਂ ਹੋਇਆ ਕੋ ਮੇਰਾ ਮਤਲਬ ਕਿਸੇ ਪਾਸਿਓਂ ਕੋ ਗੋਟਾ ਕਿਨਾਰੀ ਨਹੀਂ ਵੀ ਹੈਗੀ ਦੁਪੱਟੇ ਦੇ ਤਾਂ ਕੰਮ ਕਿਉਂਕਿ ਐਡਾ ਧੁੱਦਲਾ ਜਿਹਾ ਨਜ਼ਰ ਆਉਂਦਾ ਸੀ ਐਡਾ ਠੀਕ ਨ ਇਹ ਜੇਸ ਵੇਲੇ HD ਆਇਆ ਤੂੰ ਪੁਰਾਣੀਆਂ ਫਿਲਮਾਂ ਜਿਹੜੀਆਂ ਨੇ ਕਦੀ HD ਜਾਂ ਬਲੂ ਰੇ ਤੇ ਵੇਖੋ ਤੁਸੀਂ ਆਪ ਹੈਰਾਨ ਹੋ ਜੋਗੇ ਕਿ ਉਹ ਐਸ ਐਸੇ ਨੁਕਸ ਤੁਹਾਨੂੰ ਨਜ਼ਰ ਆਉਣਗੇ ਜਿਹੜੇ ਉਦੋਂ ਨਹੀਂ ਸੀ ਆਏ ਕਿਉਂਕਿ ਕੈਮਰੇ ਨੇ ਹਰਸ਼ਾ ਖੋਲ ਕੇ ਰੱਖ ਦਿੱਤੀ ਇਹ ਹੁਣ ਬਾਜੀ ਨੂੰ ਵੀ ਨਹੀਂ ਪਤਾ ਬਾਜੀ ਰਹਿੰਦੀ ਤੇ ਹਾਲਾਂਕਿ ਹਰ ਵੇਲੇ ਕੈਮਰੇ ਦੇ ਨਾਲ ਹੀ ਇਹਦਾ ਸ਼ੱਕ ਹੈ ਲੇਕਿਨ ਬਾਜੀ ਜਿਹੜੀਆਂ 4 ਤਸਵੀਰਾਂ ਲਾਈਆਂ ਨਾ ਉਹਦੇ ਵਿੱਚੋਂ ਹਾਂਜੀ ਅੱਜਕੱਲ ਦੇ ਯਾਨੇ ਬੜੇ ਖਰਾਬ ਨੇ ਜਿਨ੍ਹਾਂ ਦੇ ਪਿੱਛੇ ਪਏ ਨੇ ਸੋਸ਼ਲ ਮੀਡੀਆ ਵਾਲਿਆਂ ਦੇ ਉਹਨਾਂ ਜਨਾਬ ਜੇਸ ਵੇਲੇ ਫੋਕਸ ਕੀਤਾ ਨਾ ਜ਼ੂਮ ਉਹ ਕਰਕੇ ਉਹਨਾਂ ਵੇਖਿਆ ਵੀ ਉਹ ਬਾਜੀ ਲਿਖਣ ਲਈ ਹੈ ਜਿਸ ਤਰ੍ਹਾਂ ਕੋ ਬੜੀ ਆਮ ਸ਼ੈ ਲਿਖਣ ਲਈ ਹੈ ਥਲੇ ਉਹ ਜਦੋਂ ਜ਼ੂਮ ਕੀਤਾ ਤਾਂ ਕਾਟੇ ਮਾਰਨ ਲਈ ਹੈ ਇਹ ਵੇਖ ਲਓ ਤੁਸੀਂ ਆਪੇ ਜ ਮੈਂ ਮੈਂ ਝੂਠ ਮਾਰਨਾ ਤੇ ਵੇਖ ਲਓ ਇਹ ਕਾਟੇ ਮਾਰਨ ਲਈ ਜੇ ਇਹ ਕਾਟੇ ਮਾਰਨ ਆਸ ਤੇ ਸਾਡੀ ਭੈਣ ਉੱਥੇ ਗਈ ਹੈ ਉਹ ਵੀ ਚਾਈਨਾ ਉਹਨਾਂ ਆਖੇ ਜਿਹੜੇ ਲਾਹੌਰ ਕੋੜੇ ਪਸ਼ੌਰ ਵੀ ਕੋੜੇ ਇਹ ਹੁਣ ਤੁਸੀਂ ਉਹਨਾਂ ਸਾਇੰਸਦਾਨਾਂ ਦੇ ਬਾਰੇ ਸੋਚੋ ਨਾ ਮਿਸਤਰੀਆਂ ਦੇ ਬਾਰੇ ਸੋਚੋ ਉਹ ਭਾਅ ਉਹਨਾਂ ਦੇ ਬਾਰੇ ਸੋਚੋ ਜਿਹੜੇ ਇਹਨਾਂ ਨੂੰ ਲੈ ਕੇ ਆਏ ਨੇ ਅਰ ਇਹ ਇਹ ਤਾਂ ਸਾਡੀਆਂ ਭੈਣਾਂ ਹੀ ਨੇ ਉਸ ਹੱਬ ਨਾਲ ਤੇ ਮੈਂ ਅਦਬ ਕਰਦਾ ਪਰ ਇਹ ਜਿਹੜੀ ਇਹਨਾਂ ਦੀ ਖਸਲਤ ਹੈ ਬਾਕੀ ਸਿਆਸੀ ਇਹ ਆਪ ਸੋਚੋ ਪੀ ਇਹਨਾਂ ਨੂੰ ਚੌਧਰੀ ਨਜ਼ਾਮਦੀਨ ਲਿਆਇਆ ਚੌਧਰੀ ਨਜ਼ਾਮਦੀਨ ਦਾ ਦਿਮਾਗ ਸੋਚੋ ਪੀ ਉਹ ਸਿਰਫ ਚਾਹੁੰਦਾ ਪੀ ਲੋਕੀ ਉਹਦੇ ਮਹਿਕੂਮ ਰਹਿਣ ਬਹੁਤੀ ਬੂਟ ਸ਼ੂਟ ਪਾਲਿਸ਼ ਕਰਨ ਤੇ ਬਾਕੀ ਉਹ ਜਿੱਡੇ ਮਰਜ਼ੀ ਨਲਾਇਕ ਹੋਣ ਕੋਈ ਰੌਲਾ ਹੀ ਕੋਈ ਨਹੀਂ ਉਹਨਾਂ ਨੂੰ ਲੈ ਆਓ ਤੇ ਬਾ ਦਿਓ ਆਵਾਮ ਦੇ ਉੱਤੇ ਤੇ ਆਵਾਮ ਦੀ ਫਿਰ ਕਿਸਮਤ ਹਰ ਜਾਏ ਤੇ ਇਹ ਵੇਖੋ ਕਾਟੇ ਮਾਰਨ ਸਾਡੀ ਭੈਣ ਉੱਥੇ ਗਈ ਪੀ ਤੂੰ ਖੱਜਲ ਉੱਥੇ ਹੀ ਬਹਿ ਜਾ ਕਿਤੇ ਮੇਰੀਏ ਭੈਣੇ ਇੱਥੇ ਹੀ ਇਹ ਕੰਮ ਕਰ ਲੈ ਜਿਹੜਾ ਕਰ ਇਸ ਸਰਕਾਰ ਸੋਚੂ ਚੈਨ ਵਾਲੇ ਸਾਡੇ ਬਾਰੇ ਕੀ ਸੋਚਦੇ ਹੋਣਗੇ ਉਹਨਾਂ ਨੂੰ ਨਜ਼ਰ ਨਹੀਂ ਆਉਂਦੀ ਆਪ ਇਹ ਕੀ ਕਰਨ ਢਈ ਹੈ ਹੋ ਸਕਦਾ ਉਹ ਇਹਦੇ ਕੋਲੋਂ ਪੁੱਛ ਹੀ ਲੈਣ ਵੀ ਬੀਬੀ ਇਹ ਕਿਹੜੇ ਕੋਡ ਵਰਡ ਹੈ ਕਿਤੇ ਸਾਈਫਰ ਤੇ ਨਹੀਂ ਲਿਖਣ ਢਈ ਇਹ ਘਾਟੇ ਮਾਟੇ ਮਾਰ ਕੇ ਕੋਈ 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 ਮੇਰਾ ਮਤਲਬ ਬਾਜੀ ਮਰੀਮ ਦਾ ਤੇ ਇਹਦਾ ਕਿਉਂਕਿ ਪੜੀਆਂ ਲਿਖੀਆਂ ਘਾਟੀ ਨੇ ਤੁਹਾਨੂੰ ਪਤਾ ਇਮਰਾਨ ਖਾਨ ਆਕਿਆ ਸੀ ਰੱਬ ਉਹਨੂੰ ਹਯਾਤੀ ਦੇਵੇ ਤੇ ਇਜ਼ਤਾਂ ਬਖਸ਼ੇ ਉਹਨੇ ਆਕਿਆ ਸੀ ਵੀ ਇੱਕ ਤੇ ਪੜੇ ਲਿਖੇ ਨਹੀਂ ਦੂਜਾ ਕੋਸ਼ਿਸ਼ ਕੋਈ ਨਹੀਂ ਕਰਦੇ ਮੈਨੂੰ ਲੱਗਦਾ ਉਹੀ ਕੰਮ ਹੈ ਤੇ ਇਹ ਬਾਜੀ ਵੀ ਕਿਉਂਕਿ ਕੋਈ ਨਹੀਂ ਪੜੀ ਹੋਈ ਇਹ ਬਾਜੀ ਆਸਤੇ ਨੋਟ ਤੇ ਇੰਜ ਕਾਟੇ-ਕੂਟੇ ਹੀ ਮਾਰਦੇ ਨੇ ਉਹ ਬਾਜੀ ਵੀ ਨਾ ਆਈਪੈਡ ਦੇ ਉੱਤੇ ਪੈਨਸਲ ਲੈ ਕੇ ਨਾ ਐਪਲ ਵਾਲੀ ਇੰਜ ਬੈਠੀ ਹੁੰਦੀ ਹੈ ਤੇ ਲਿਖਦੀ ਲੁਖਦੀ ਉਹ ਵੀ ਕੁਝ ਨਹੀਂ ਹੈ ਉਹ ਵੀ ਅਦਾਕਾਰੀ ਹੁੰਦੀ ਹੈ ਸਾਰੀ ਕਿ ਮੈਂ ਲਿਖਣ ਲਈ ਹੈ ਤੇ ਆਪ ਤੁਸੀਂ ਹਿਸਾਬ-ਕਿਤਾਬ ਵੇਖ ਲਓ ਪੀ ਕਰਨ ਕੀ ਰਈਆਂ ਨੇ ਤੇ ਜਿਹੜੇ ਇਹਨਾਂ ਨੂੰ ਲਿਆਂਦਾ ਟਿਕਟਾਕਰਾਂ ਨੂੰ ਸਾਡੇ ਉੱਤੇ ਉਹਨਾਂ ਦੀ ਅਕਲ ਨੂੰ ਮਤਲਬ 21 ਤੋਪਾਂ ਦੀ ਸਲਾਮੀ ਕੀ ਦੇਣੀ ਹੈ ਅਸੀਂ ਉਹਨਾਂ ਨੂੰ ਆਪੇ ਹੀ ਦੇਈ ਆਉਂਦੇ ਨੇ ਆਪਣੇ ਆਪ ਨੂੰ ਤੇ ਉਹਨਾਂ ਉੱਤੇ ਭਵਨ ਨਗਰ ਵੀ ਦਿੱਤੀ ਹੈ ਜਾ ਕੇ ਸਲਾਮੀ ਤੇ ਕਹਿਣ ਦਾ ਮਤਲਬ ਹੈ ਕਿ ਬਸ ਹਾਲਤ ਵੇਖ ਲਓ ਤੇ ਅਗਲੀ ਮੈਂ ਹੁਣ ਅਗਲੀ ਗੱਲ ਵਾਲੇ ਪਾਸੇ ਆਉਣਾ ਇਹਨਾਂ ਨੇ ਤੇ ਜੋ ਕਰਨਾ ਸੀ ਉਹ ਕਰ ਛੱਡਿਆ ਤੇ ਅਗਲੀ ਖਬਰ ਇਹ ਹੈ ਜੀ ਕਿ ਖਦੀਜਾ ਸ਼ਾਹ ਸਾਹਿਬਾ ਦੇ ਨਾਕਾਬਲੇ ਆਪਣਾ ਕਾਬਲੇ ਜ਼ਮਾਨਤ ਵਰੰਡ ਗ੍ਰਿਫਤਾਰੀ ਜਾਰੀ ਕੀਤੇ ਨੇ ਤੇ ਇਹ ਵੇਖ ਲਓ ਵੀ ਇਹ ਮੁਲਕ ਜਿਹੜਾ ਨਾ ਇੱਕ ਪਾਸੇ ਜਿਹੜੀ ਪੜ੍ਹੀ ਲਿਖੀ ਔਰਤ ਹੈ ਹੁਣ ਇਹ ਕਿੱਥੇ ਹਿਨਾ ਪ੍ਰਵੇਸ਼ ਬੱਟ ਤੇ ਕਿੱਥੇ ਖਦੀਜਾ ਸ਼ਾਹ ਤੁਸੀਂ ਅਕਲ ਵਾਲੇ ਪਾਸਿਓਂ ਵੇਖੋ ਕੰਮ ਵਾਲੇ ਪਾਸਿਓਂ ਵੇਖੋ ਕੰਟਰੀਬਿਊਸ਼ਨ ਵਾਲੇ ਪਾਸਿਓਂ ਵੇਖੋ ਤੇ ਕਿੱਥੇ ਜ਼ਮੀਨ ਤੇ ਕਿੱਥੇ ਅਸਮਾਨ ਤੇ ਵੇਖੋ ਉਹਨੂੰ ਪਹਿਲਾਂ ਜੇਲ੍ਹ 'ਚ ਰੱਖਿਆ 8 ਮਹੀਨੇ ਹੁਣ ਉਹਦੇ ਵਾਰੰਟ ਜਾਰੀ ਕਰਨ ਰਹੇ ਨੇ ਬਗੈਰ ਕਿਸੇ ਵਜ੍ਹਾ ਤੋਂ ਨਾ ਕੋਈ ਗੱਲ ਨਾ ਬਾਤ ਨਾ ਉਹਨੇ ਕੋਈ ਜੁਰਮ ਕੀਤਾ ਸਿਰਫ ਉਹਨੂੰ ਇਹ ਮਿਸਾਲ ਬਣਾਣਾ ਹੈ ਤੇ ਦੂਸਰੇ ਪਾਸੇ ਇਹ ਵੇਖੋ ਇਹਨਾਂ ਨੂੰ ਚਾਈਨਾ ਭੇਜ ਰਹੇ ਨੇ ਵੀ ਉੱਥੇ ਜਾ ਕੇ ਬਿਜ਼ਤ ਕਰੋ ਮੁਲਕ ਨੂੰ ਜੇ ਕੋ ਕਸਰ ਰਹੇਗੀ ਜੇ ਨਾ ਤੇ ਬਾਹਰ ਲੋਕਲ ਤੇ ਤੁਸੀਂ ਕੀਤਾ ਹੀ ਕੀਤਾ ਸੀ ਇਹ ਦੱਸ ਕੇ ਇਹਨੇ ਇਹਨੇ ਇਸੇ ਭੈਣ ਨੇ ਪਿਛਲੇ ਦਿਨੋਂ ਕਿਹਾ ਸੀ ਕਿ ਮਰੀਮ ਸਾਹਿਬਾ ਬੁਲਟ ਟ੍ਰੇਨ ਕੀ ਤਰ੍ਹਾਂ ਕੰਮ ਕਰਦੀਆਂ ਤੇ ਉਹ ਦੂਜੀ ਵਾਲੀ ਨੇ ਕਿਹਾ ਸੀ ਕਿ ਮੂੰਹ ਤੇ ਦੋਸ਼ਾਂਵਾਂ ਲਾਉਂਦੀਆਂ ਨੇ ਉਹ ਮੈਂ ਪੁੱਛਿਆ ਸੀ ਵੀ ਕਿਹੜੀਆਂ ਦੋਸ਼ਾਂਵਾਂ ਨੇ ਇਹ ਕਿਤੇ ਮੇਰਾ ਮਤਲਬ ਹੈ ਸੀਮੈਂਟ ਤੇ ਬਜਰੀ ਇਤ ਨਹੀਂ ਬਾਜੀ ਕਿਤੇ ਲਾਉਂਦੀ ਮੇਰਾ ਮਤਲਬ ਦੋ ਸ਼ਾਵਾਂ ਨਾਲ ਤੇ ਸਾਰਾ ਕੁਝ ਨਹੀਂ ਹੋ ਸਕਦਾ ਮੈਂ ਤੁਹਾਨੂੰ ਇੱਕ ਉਹ ਬਾਅਦ ਦੇ ਵਿੱਚ ਮੇਰੀ ਖੈਰ ਕਿਸੇ ਦੇ ਕੋਲੋਂ ਚੰਗੀ ਪੱਲੀ ਖਚਾਈ ਹੋਈ ਹੈ ਉਹ ਮੈਂ ਰੇਟ ਤੁਹਾਨੂੰ ਦੇ ਬੈਠਾ ਜਾਂ ਕਿ ਉਹ ਜਿਹੜੇ ਡਾਕਟਰ ਸਾਹਿਬ ਇੱਕ ਨੇ ਲਿਖਿਆ ਸੀ ਕਿ ਉਹ ਜਿਹੜੇ ਫਿਲਰ ਲੱਗਦੇ ਨੇ ਨਾ ਮੂੰਹ ਤੇ ਉਹ ਮੇਰੀ ਜਿਹੜੀ ਬਾਜੀ ਹੈ ਮਰੀਮ ਨਵਾਜ਼ ਉਹਦੇ ਬਾਰੇ ਮੈਂ ਨਹੀਂ ਆਖਦਾ ਡਾਕਟਰ ਸਾਹਿਬ ਨੇ ਕਮੈਂਟ ਕੀਤਾ ਸੀ ਮੈਂ ਤੁਹਾਨੂੰ ਵਿਖਾਇਆ ਸੀ ਉਹਨਾਂ ਆਖਿਆ ਸੀ ਕਿ ਬਾਜੀ ਨੂੰ 6 ਜਿਹੜੇ ਇੰਜੈਕਸ਼ਨ ਲੱਗਣੇ ਨੇ ਤੇ ਇੱਕ ਇੰਜੈਕਸ਼ਨ 3 ਐਮ ਐਲ ਦਾ ਹੋਣਾ ਤੇ ਉਹ ਇੱਕ ਜਿਹੜਾ ਨਾ ਉਹ 390 ਆਸਟ੍ਰੇਲੀਅਨ ਡਾਲਰ ਦਾ ਆਉਂਦਾ ਹੈ ਤੇ ਮੈਂ ਤੁਹਾਨੂੰ ਉਹਦਾ 8 ਕੁ ਲੱਖ ਰੁਪਈਆ ਖਰਚਾ ਦੱਸਿਆ ਸੀ ਹਰ 2 ਤੋਂ 3 ਮਹੀਨੇ ਬਾਅਦ ਉਹ ਲੱਗਦੇ ਨੇ 800 ਦਾ ਸੂਟ ਨਹੀਂ 2 ਤੋਂ 3 ਮਹੀਨੇ ਬਾਅਦ ਉਹਨੂੰ ਅਮਰੀਕਾ 'ਚ ਡਾਕਟਰ ਸਾਹਬਾ ਨਾਲ ਇੱਕ ਨਾ ਮੇਰੀ ਗੱਲ ਹੋਈ ਜਿਹੜੀ ਇਹ ਕੰਮ ਕਰਦੇ ਨੇ ਉਹਨਾਂ ਕਿਹਾ ਕਿ ਇਹ ਪਤਾ ਨਹੀਂ ਆਸਟ੍ਰੇਲੀਆ 'ਚ ਉਹ ਕਿਹੜੇ ਸਸਤੇ ਕਿਸਮ ਦੀ ਸ਼ੈਲ ਆਉਂਦੇ ਨੇ ਇੱਥੇ 1 ਐਮ ਐਲ ਜਿਹੜਾ ਹੈ ਨਾ ਉਹ 600 ਡਾਲਰ ਦਾ ਹੈ ਕਿੰਨੇ ਦਾ ਜੀ 600 ਡਾਲਰ ਦਾ 1 ਐਮ ਐਲ ਇਹਦਾ ਮਤਲਬ ਕਿ 3 ਐਮ ਐਲ ਜਿਹੜੇ ਨਾ ਉਹ 1800 ਡਾਲਰ ਦੇ ਹਣ ਤੁਸੀਂ ਹਿਸਾਬ ਲਾ ਲਓ ਵੀ ਜੇ 6 ਟੀਕੇ ਲੱਗਦੇ ਨੇ 3 3 ਐਮ ਐਲ ਵਾਲੇ ਉਹ ਡਾਕਟਰ ਸਾਹਿਬ ਵਾਲੀ ਗੱਲ ਜਿਹੜੀ ਹੈ ਤੇ ਫਿਰ ਤੁਸੀਂ ਆਪ ਹਿਸਾਬ ਲਾ ਲਓ ਕਿ ਜੇ 6 ਟੀਕੇ 3 3 ਦੇ ਲੱਗਦੇ ਨੇ ਤੇ ਫਿਰ ਇਹਦਾ ਮਤਲਬ 18 ਐਮ ਐਲ ਤੇ ਜੇ 18 ਐਮ ਐਲ ਲੱਗਣਾ ਤੇ ਇਹ ਤਕਰੀਬਨ 5400 ਡਾਲਰ 5000 ਡਾਲਰ ਵੀ ਲਾਵੋ 4000 ਡਾਲਰ ਵੀ ਲਾਵੋ ਤੇ ਇਹ ਜਰਾ ਗੱਲ ਅਪੜ ਜਾਂਦੀ ਹੈ ਕੋਈ 12 ਲੱਖ 10 12 ਲੱਖ ਤੇ ਮੇਰੀ ਬਾਜੀ ਤੇ ਖਰਚਾ ਹੁੰਦਾ ਫਿਲਰ ਲਾਉਣ ਦਾ ਹਰ ਦੂਸਰੇ ਤੀਸਰੇ ਮਹੀਨੇ ਤੇ ਇਹ ਆਂਦੀਆਂ ਨੇ ਵੀ 800 ਦਾ ਸੂਟ ਪਾਉਂਦੀ ਹੈ ਬਾਜੀ ਇਹ ਹੁਣ ਤੁਸੀਂ ਹਿਸਾਬ ਲਾ ਲਓ ਅਗਲੀ ਮੈਂ ਛੱਡਦਾ ਤੇ ਇਹ ਪੈ ਨਖ ਦੀ ਜਸ਼ਾ ਦੇ ਮਗਰ ਉਹਦੇ ਉਹਦੇ ਵਾਰੰਟ ਜਾਰੀ ਕਰਨੇ ਨੇ ਅੱਛਾ ਜੀ ਅਗਲੀ ਤੁਹਾਡੇ ਸਾਹਮਣੇ ਜਿਹੜੀ ਖਬਰ ਰੱਖਣੀ ਹੈ ਕਿ ਸਾਈਬਰ ਕ੍ਰਾਈਮ ਤੁਹਾਨੂੰ ਪਤਾ ਹੈ ਕਿ ਜਿਹੜੀਆਂ ਸਾਡੀਆਂ ਧੀਆਂ ਪੈਣਾਂ ਦੀਆਂ ਲੋਕੀ ਤਸਵੀਰਾਂ ਬਣਾ ਲੈਂਦੇ ਨੇ ਉਲਟੀਆਂ ਸਿੱਧੀਆਂ ਫਿਰ ਉਹ ਬਲੈਕਮੇਲ ਕਰਦੇ ਨੇ ਲੀਕ ਕਰਨ ਦੀ ਗੱਲ ਆਂਦੇ ਨੇ ਉਹਨਾਂ ਵਾਸਤੇ ਹਕੂਮਤ ਨੇ ਇੱਕ ਸਾਈਬਰ ਕ੍ਰਾਈਮ ਬਣਾਇਆ ਉੱਥੇ ਇੱਕ ਬੀਬੀ ਗਈ ਆਪਣੀ ਸ਼ਿਕਾਇਤ ਦਰਜ ਕਰਨ ਨੂੰ ਤੇ ਉਹ ਜਿਹੜਾ ਉੱਥੇ ਅਫਸਰ ਸੀ ਉਹਨੇ ਉਲਟਾ ਉਹਨੂੰ ਹੀ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਇਹਦੇ ਤੇ ਅਸੀਂ ਇਥੋਂ ਆਖਾਂਗੇ ਵੀ ਸਖਤ ਐਕਸ਼ਨ ਹੋਣਾ ਚਾਹੀਦਾ ਔਰ ਉਸ ਬਜਾਏ ਇਸ ਦੇ ਕਿ ਉਹਦੀ ਮਦਦ ਕਰਦਾ ਉਹ ਐਡਾ ਲੇਟ ਕੀਤਾ ਔਰ ਉਹਦੇ ਕੋਲੋਂ ਨਜਾਇਜ਼ ਖਵਾਇਸ਼ਾਂ ਦਾ ਇਜ਼ਹਾਰ ਕੀਤਾ ਤੇ ਉਹ ਬੀਬੀ ਦੀਆਂ ਜਿਹੜੀਆਂ ਤਸਵੀਰਾਂ ਸਨ ਇਹੋ ਜੀਆਂ ਉਹ ਲੀਕ ਹੋ ਗਈਆਂ ਤੇ ਉਹਦੇ ਲਈ ਮੁਸੀਬਤ ਬਣ ਗਈ ਇਹ ਤੇ ਐਕਸ਼ਨ ਹੋਣਾ ਚਾਹੀਦਾ ਸਖਤ ਕਿਸਮ ਦਾ ਅਸੀਂ ਵੀ ਉਹਨਾਂ ਵਾਸਤੇ ਆਵਾਜ਼ ਚੁੱਕਾਂਗੇ ਅੱਛਾ ਜੀ ਇਸਹਾਕ ਡਾਰ ਸਾਹਿਬ ਨੇ ਫਲਸਤੀਨ ਦੇ ਹੱਕ 'ਚ ਬਿਆਨ ਦਿੱਤਾ ਹੈ ਤੇ ਪੂਰਾ ਪਾਕਿਸਤਾਨ ਜਿਹੜਾ ਉਹਨੇ ਮੈਕਡੋਨਲਡ ਦਾ ਬਾਈਕਾਟ ਕੀਤਾ ਹੋਇਆ ਉਹਦੀ ਵਜ੍ਹਾ ਹੈ ਕਿ ਮੈਕਡੋਨਲ ਆਲਿਆਂ ਨੇ ਉੱਥੇ ਜਿਹੜੀ ਇਜ਼ਰਾਈਲ ਦੀ ਫੌਜ ਸੀ ਉਹਨਾਂ ਨੂੰ ਫ੍ਰੀ 버ਗਰ ਦਿੰਦੇ ਸਨ ਤੇ ਫ੍ਰੀ ਖਾਣਾ ਦਿੰਦੇ ਸਨ ਤੇ ਬਾਜੀ ਜਿਹੜੀ ਹੈ ਨਾ ਜਿਹੜੀ ਚੀਫ ਮਿਨਿਸਟਰ ਹੈ ਉਹ ਅਜਾਣਿਆਂ ਦੇ ਸਕੂਲ ਜਾਂਦੀ ਹੈ ਤੇ ਉਹ ਬਸ ਕੰਪਨੀ ਦੀ ਮਸ਼ਹੂਰੀ ਆਸਤੇ ਹੁਣ ਉੱਥੇ 버ਗਰ ਉਹ ਵੀ ਮੈਕਡੋਨਲਡ ਦੇ ਲੈ ਗਈ ਮਤਲਬ ਪੂਰੀ ਕੌਮ ਜਿਹੜੀ ਹੈ ਉਹਨੇ ਮੈਕਡੋਨਲਡ ਦਾ ਬਾਈਕਾਟ ਕੀਤਾ ਹੈ ਫਲਸਤੀਨੀਆ ਫਲਸਤੀਨੀਆ ਦੀ ਵਜ੍ਹਾ ਤੋਂ ਤੇ ਬਾਜੀ ਜਿਹੜੀ ਉਹ ਮੈਕਡੋਨਲ ਖਰੀਦ ਕੇ ਤੇ ਸਕੂਲ ਦੇ ਬੱਚਿਆਂ ਨੂੰ ਦੇ ਰਹੀ ਹੈ ਤੇ ਬਾਈਕਾਟ ਖਤਮ ਕਰ ਰਹੀ ਹੈ ਹੁਣ ਇਹਦਾ ਜਵਾਬ ਤੇ ਬਾਜੀ ਨੇ ਦੇਣਾ ਵੀ ਬਾਜੀ ਇਹ ਕੀ ਕਰਨ ਢਈ ਬਹਰਲ ਬੱਚਿਆਂ ਨੂੰ 버ਗਰ ਦੇਣਾ ਮਾੜੀ ਗੱਲ ਨਹੀਂ ਹੈ ਖਾਓ ਪਿਆਓ ਉਹਨਾਂ ਦਾ ਮਾਲ ਹੈ ਜਿਹੜਾ ਤੁਸੀਂ ਖਾ ਪੀ ਗਏ ਜੇ ਚੰਗੇ ਬੱਚੇ ਖਾ ਰਹੇ ਨੇ ਉਹਦੇ ਤੇ ਮੈਨੂੰ ਇਤਰਾਜ਼ ਕੋਈ ਨਹੀਂ ਲੇਕਿਨ ਐ ਮੈਕਡੋਨਲ ਆਲਾ ਜ਼ਰਾ ਥੋੜਾ ਜਿਆ ਸੋਚ ਲਓ ਅੱਛਾ ਜੀ ਚਾਰ ਸੀਟਾਂ ਵਿੱਚ ਪੀਟੀਆਈ ਨੂੰ ਮਿਲੀਆਂ ਨੇ ਇਹ ਬੜਾ ਚੰਗਾ ਵਾਕਿਆ ਹੈ ਉਦੀ وجہ ਹੈ ਕਿ ਪੀਟੀਆਈ ਦੇ ਕੋਲੋਂ ਪਹਿਲਾਂ ਤੇ ਸੀਟਾਂ ਖੋ ਰਹੇ ਸਨ ਇਹ ਹੁਣ ਖੋ ਰਹੇ ਜੱਜਾਂ ਨੂੰ ਥੋੜੀ ਜਿਹੀ ਗਰਮੀ ਆਈ ਹੈ ਜਾਂ ਚੌਧਰੀ ਨizamuddin ਝਟਕਾ ਲਾ ਰਿਹਾ ਨਵਾਸ਼ੀਬ ਸਾਹਿਬ ਨੂੰ ਕਿਉਂਕਿ ਉਹ ਵੀ ਬਿਆਨ ਦੇਣਾ ਹੈ ਨਾ ਜਵੇਲ ਲਤੀਫ ਸਾਹਿਬ ਵੀ ਬੜੀ ਕਰਪਸ਼ਨ ਜਵੇਲ ਲਤੀਫ ਸਾਹਿਬ ਨੇ ਨਵਾਂ ਕਟਾ ਖੋਲ ਦਿੱਤਾ ਹੈ ਉਹਨਾਂ ਕਿਹਾ ਹੈ ਕਿ ਇਹ ਨizamuddin ਹੋਰਾਂ ਨੇ ਅਰਬਾਂ ਰੁਪਏ ਲੈ ਕੇ ਸ਼ੇਖੂਪੁਰਾ ਵੇਚ ਛੱਡਿਆ ਹੈ ਉਹਨਾਂ ਪੀਟੀਆਈ ਨੂੰ ਜਿਦਾਦਤਾ ਅਰਬਾਂ ਰੁਪਈਆ ਲੈ ਕੇ ਔਰ ਸਾਨੂੰ ਹਰਾਤਾ ਹੈ ਇਹ ਤੁਸੀਂ ਸਮਝੇ ਕਿਹਾ ਹੋਣਾ ਕਿ ਜਵੇਲ ਲਤੀਫ ਤੇ ਰਾਣਾ ਸੁਨਾਉਲਾ ਤੇ ਇਹ ਦੋਵੇਂ ਚੌਰੀ ਨizamuddin ਨੇ ਮਗਰ ਪਏ ਨੇ ਨਾਲ ਨਵਾਸ਼ੀਵ ਨਵਾਸ਼ੀਵ ਨੇ ਧੀ ਜਿਹੜੀ ਸਾਡੀ ਭੈਣ ਜਿਹੜੀ ਉਹਨੂੰ ਚੀਫ ਮਿਨਿਸਟਰ ਬਣਾਇਆ ਤੇ ਭਰਾ ਨੂੰ ਪ੍ਰਾਈਮ ਮਿਨਿਸਟਰ ਬਣਾਇਆ ਮਤਲਬ ਇਹ ਆਂਦੇ ਨੇ ਕਿ ਜਿਹੜੀਆਂ ਨਾ ਉਹ ਪੰਜੇ ਦਸੇ ਹੀ ਬਲਕੇ ਕਿਓਚ ਤੇ ਸਿਰ ਕੜਾਈ ਚ ਇਹ ਉਹ ਚਾਹੁੰਦੇ ਨੇ ਵੀ ਹਰ ਪਾਸੇ ਦਾ ਲਾਈ ਰੱਖੀਏ ਮਾਲਵੀ ਖਾਈਏ ਹਕੂਮਤ ਵੀ ਕਰੀਏ ਤੇ ਗਾਲਾਂ ਵੀ ਅਸੀਂ ਕੱਢੀਏ ਬੱਲੇ ਉਹ ਸ਼ੇਰ ਬੱਗੇ ਹੋ ਤੁਸੀਂ ਤੇ ਤਬਾਹੀ ਕਰੀ ਜਾ ਰਹੇ ਹੋ ਅੱਛਾ ਜੀ ਜਿਹੜੀ ਸੀਟ ਹੈ ਆਪਣੀ ਉੱਥੇ ਗੁਜਰਾਹ ਵਾਲੇ ਉਹਦੇ ਉੱਤੇ ਹੁਣ ਲੋਕਾਂ ਦੇ ਕੋਲੋਂ ਸਬਾਈ ਸੀਟ ਤੇ ਫਸਤਾਈਏ ਤੇ ਆ ਵੀ ਲੋਕਾਂ ਦੇ ਕੋਲੋਂ ਜਿਹੜਾ ਨਾ ਬਿਆਨ ਐਲਫੀ ਲੈ ਰਹੇ ਨੇ ਵੀ ਜੇ ਤੇ ਉੱਥੇ ਛੱਟਾ ਸਾਹਿਬ ਨੂੰ ਦੇ ਦੇਣਾ ਨਾ ਟਿਕਟ ਆਪਣਾ ਵੋਟ ਤੇ ਫਿਰ ਤੁਹਾਨੂੰ ਫੜ ਕੇ ਅੰਦਰ ਕਰ ਦੇਣਾ ਹੈ ਬਿਆਨ ਐਲਫੀ ਦਿਓ ਵੀ ਤੁਸੀਂ ਇਹਨਾਂ ਨੂੰ ਵੋਟ ਨਹੀਂ ਦਿਓਗੇ ਤੁਹਾਡਾ ਇਹਨਾਂ ਨਾਲ ਕੋਈ ਤਾਲੁਕ ਨਹੀਂ ਤੇ ਫਿਰ ਤੁਹਾਨੂੰ ਨਹੀਂ ਫੜਾਂਗੇ ਦੱਸੋ ਇਹ ਇੰਜ ਐਕਸ਼ਨ ਲੜਨੇ ਜੀ ਤੇ ਮੈਨੂੰ ਦੱਸੋ ਜੇ ਦੋ ਚਾਰ ਸੀਟਾਂ ਇੰਜ ਚੋਰੀ ਕਰ ਵੀ ਲਓਗੇ ਤਾਂ ਸਾਡਾ ਕੀ ਸਾਡਾ ਕੀ ਵਿਗਾੜ ਲੈਣਾ ਜੀ ਪਹਿਲਾਂ ਖੱਜਲ ਨਹੀਂ ਹੋਏ ਹੋਰ ਹੋ ਲੋਗੇ ਬਹਰਾਲ ਇਹ ਹਰਕਤ ਉੱਥੇ ਕਰਨ ਦੇ ਜੀ ਤੇ ਅਗਲੀ ਹਿਸਾਬ ਤੁਸੀਂ ਆਪ ਵੇਖ ਲਓ ਇੱਥੇ ਹੋ ਕੱਲ ਅਸੀਂ ਤੁਹਾਡੇ ਆਸਤੇ ਕੁਝ ਕਮੈਂਟਸ ਤੁਹਾਡੇ ਜਿਹੜੀਆਂ ਚਿੱਠੀਆਂ ਪੱਤਰ ਤੁਸੀਂ ਲਿਖਦੇ ਜੇ ਉਹ ਕੱਲ ਅਸੀਂ ਜਿਹੜੇ ਨੇ ਨਾ ਉਹ ਰਿਕਾਰਡ ਕੀਤੇ ਸੀ ਵੀਲੌਗ ਹੋ ਗਿਆ ਸੀ ਬੜਾ ਲੰਮਾ ਤੇ ਇਸ ਲਈ ਉਹ ਅਸੀਂ ਤੁਹਾਡ ਨਾਲ ਸ਼ੇਅਰ ਨਹੀਂ ਸੀ ਕਰ ਸਕੇ ਉਹ ਅੱਜ ਦੇ ਨਹੀਂ ਹੈਗੇ ਰਿਕਾਰਡ ਕੱਲ ਕੀਤੇ ਲੇਕਿਨ ਤੁਹਾਡੇ ਕਮੈਂਟਸ ਨੇ ਔਰ ਬੜੇ ਇੰਟਰਸਟਿੰਗ ਨੇ ਉਹ ਅਸੀਂ ਅੱਜ ਤੁਹਾਡੇ ਸਾਹਮਣੇ ਛੱਡ ਰਹੇ ਹਾਂ ਤੇ ਜ਼ਾਹਿਰ ਹੈ ਉਹਦੇ ਵਿੱਚ ਕੱਪੜੇ ਡਿਫਰੈਂਟ ਹੋਣੇ ਨੇ ਤੇ ਮੈਂ ਕਿਹਾ ਇਹਨਾਂ ਤੁਹਾਨੂੰ ਲੱਗੇ ਵੀ ਤੁਹਾਡਾ ਕੋਈ ਦੋ ਨੰਬਰ ਹੀ ਕਰਨ ਦਾ ਹੈ ਉਹ ਕੱਲ ਦੇ ਨੇ ਕੱਲ ਰਹਿ ਗਏ ਸਨ ਕਿਉਂਕਿ ਵੀਲੌਗ ਬਹੁਤ ਲੰਮਾ ਹੋ ਗਿਆ ਸੀ ਤੇ ਸੁਣੋ ਉਹਨਾਂ ਨੂੰ ਉਹ ਜਿਹੜੇ ਖਤ ਪੱਤਰ ਤੁਹਾਡੇ ਸਾਹਮਣੇ ਰੱਖਣੇ ਨੇ ਉਹਦੇ ਵਿੱਚ ਸਭ ਤੋਂ ਪਹਿਲੇ ਜੀ ਮਲਕ ਇਰਸ਼ਾਦ ਮਰਾਲ ਸਾਹਿਬ ਨੇ ਉਹਨਾਂ ਕਿਹਾ ਜੀ ਮੇਰੀ ਜਿਹੜੀ ਇਹਨੇ ਮੇਰੇ ਕਿਰਾਏ ਇਨਕਮ ਪਤਾ ਨਹੀਂ ਕੀ ਲਿਖਿਆ ਕਿਰਾਏ ਦੀ ਇਨਕਮ ਆਉਂਦੀ ਹੋ ਕਰਤੂ ਫਜ਼ੂਲ ਫਜ਼ੂਲ ਖਰਚੀ ਕੋਈ ਕੋਈ ਨਹੀਂ ਅਸੀਂ ਕਰਦੇ ਖਰਚਾ ਫਿਰ ਪੂਰਾ ਨਹੀਂ ਹੁੰਦਾ ਅਗਰ ਚਾ ਜ਼ਾਤੀ ਘਰ ਹੈ ਸਾਰੀ ਇਨਕਮ ਬਿਜਲੀ ਦੇ ਬਿੱਲ ਗੈਸ ਦੇ ਬਿੱਲ ਸਕੂਲ ਕਾਲਜ ਦੀ ਫੀਸ ਤੇ ਵਿੱਚ ਚਲੇ ਜਾਂਦੇ ਨੇ ਬਚਤ 1 ਰੁਪਿਆ ਨਹੀਂ ਹੁੰਦੀ ਇਹ ਹਾਲਾਤ ਨੇ ਮਲਕ ਅਰਸ਼ਾਦ ਮਡਲ ਸਾਹਿਬ ਇਹ ਬਾਵਲਪੁਰ ਤੋਂ ਨੇ ਮਾਦਰਤ ਉਹ ਜਿਹੜਾ ਅੰਗਰੇਜ਼ੀ ਚ ਮਰਨ ਲੱਗਦਾ ਸੀ ਉਹ ਜ਼ਾਹਿਰ ਅੰਗਰੇਜ਼ੀ ਚ ਅੜੇ ਹੈ ਹੀ ਕੋਈ ਨਹੀਂ ਤੇ ਮਲਕ ਅਰਸ਼ਾਦ ਮਡਲ ਸਾਹਿਬ ਜਿਹੜੇ ਨੇ ਇਹ ਮਡਲ ਨੇ ਜਾਂ ਮਡਲ ਨੇ ਮੈਨੂੰ ਇਹਦੀ ਪ੍ਰੋਨਨਸੀਏਸ਼ਨ ਨਹੀਂ ਪਤਾ ਮਾਫ਼ਰਤ ਅਗਰ ਹੋਵੇ ਅਜੀ ਅਸੀਂ ਤੁਹਾਡਾ ਸਹਿਮਤ ਹੈ ਪਾਕਿਸਤਾਨ ਦੀ ਮਹਿੰਗਾਈ ਇੰਨੀ ਹੋਈ ਇੰਨੀ ਗਈ ਹੈ ਵੀ ਇਹ ਜਿਹੜੇ ਬੰਦੇ ਦਾ 2.5 ਲੱਖ ਰੁਪਈਆ ਤੁਸੀਂ ਆਖਿਆ ਵੀ ਇਨਕਮ ਹੈ ਇਹ ਤੁਸੀਂ ਤਾਂ ਅਮੀਰ ਆਦਮੀਆਂ ਭਾਈ ਜੀ ਤੁਸੀਂ ਤੇ ਲੱਖਾਂ ਕਰੋੜਾਂ ਦੇ ਵਿੱਚੋਂ ਅਮੀਰ ਆਦਮੀਆਂ ਹੋ ਮੇਰਾ ਵੀਰ ਇਹ ਨਹੀਂ ਮੈਂ ਆਂਦਾ ਵੀ ਤੁਹਾਡੀ ਤੁਹਾਡੀ ਗੱਲ ਗਲਤ ਤੁਹਾਡੀ ਗੱਲ ਠੀਕ ਹੈ ਪਰ ਉਹਨਾਂ ਦੀ ਸੋਚੋ ਜਨਾ 30000 ਰੁਪਿਆ ਇਨਕਮ ਹੈ 35000 ਉਹ ਐਸੇ ਲੋਕ ਮੈਂ ਮੂਰਖੋ ਆਂਨਾ ਜਿਹੜੇ ਬਾਹਰ ਰਹਿੰਦੇ ਨੇ ਓਵਰ ਸੀਜ਼ ਪਾਕਿਸਤਾਨੀ ਵੀ ਹੋਰ ਕੰਮਾਂ ਨੂੰ ਛੱਡੋ ਸਾਰਿਆਂ ਨੂੰ ਜਿਹੜੇ ਉੱਥੇ ਭੈਣ ਭਰਾ ਨੇ ਲਾਗੇ ਚ ਅੱਗੇ ਮੱਲਿਆਂ ਵਾਲੇ ਉਹਨਾਂ ਦਾ ਰੋਟੀ ਟੁੱਕਰ ਦਾ ਬੰਦੋਬਸ ਕਰੋ ਉਹ ਸਫੇਦ ਪੋਸ਼ ਨੇ ਤੁਹਾਨੂੰ ਦੱਸਦੇ ਨਹੀਂ ਮਰ ਗਏ ਜੇ ਭੁੱਖ ਨਾਲੋਂ ਅੱਛਾ ਜੀ ਅਗਲੀ ਗੱਲ ਜਿਹੜੀ ਹੈ ਉਹ ਆਬਦ ਮਹਿਮੂਦ ਸਾਹਿਬ ਨੇ ਆਖਿਆ ਉਹਨਾਂ ਕਹਿੰਿਆ ਜੀ ਗਿਲ ਸਾਹਿਬ ਪਾਕਿਸਤਾਨ ਦੇ ਵਿੱਚ ਆਮ ਬੰਦੇ ਦੇ ਹਾਲ ਲੱਗਦਾ ਹੈ ਕਿ ਹਾਲਾਤ ਤੋਂ ਤੰਗ ਆ ਕੇ ਮੈਨੂੰ ਆਪਣਾ ਮੋਬਾਈਲ ਫੋਨ ਵੇਚਣਾ ਪੈਣਾ ਤੇ ਤੁਹਾਡਾ ਵੀਲੌਗ ਫਿਰ ਸੁਣਨ ਤੋਂ ਮੈਂ ਜਿਹੜਾ ਜਾਂਦਾ ਰਵਾਂਗਾ ਮਰੂਮ ਹੋ ਜਾਵਾਂਗਾ ਤੇ ਅੱਲਾ ਜਿਹੜਾ ਨਾ ਉਹ ਮੇਰੀ ਮਦਦ ਕਰੇ ਭਾਈ ਜੀ ਆਬਦ ਸਾਹਿਬ ਇਨੇ ਜੋਗਾ ਤੇ ਮੈਂ ਹੈਗਾ ਵੀ ਇੱਥੇ ਕਮੈਂਟ ਦੇ ਵਿੱਚ ਆਪਣਾ ਕੋਈ ਨੰਬਰ ਸ਼ੰਬਰ ਛੱਡੋ ਤੇ ਕੋਸ਼ਿਸ਼ ਕਰਾਂਗੇ ਤੁਹਾਡੇ ਨਾਲ ਕਿਸੇ ਸੱਜਣ ਇਹੋ ਜੇ ਸੱਜਣ ਦੇ ਥਰੂ ਰਾਬਤਾ ਕਰਾਂਗੇ ਜਿਹਦੇ ਨਾਲ ਮਾਮੂਲੀ ਵਾਕਿਆ ਨਾ ਹੋਵੇ ਬਾਕੀ ਤੇ ਜਿਹੜੇ ਮੇਰੇ ਯਾਰ ਬੇਲੀ ਨੇ ਉਹਨਾਂ ਤਾਂ ਮੈਂ ਕਹਿ ਨਹੀਂ ਸਕਦਾ ਡਾਇਰੈਕਟ ਉਹਨਾਂ ਨਾਲ ਉੱਥੇ ਮਾਮੂਲੀ ਵਾਕਿਆ ਨਾ ਹੋ ਜਾਏ ਬਹਰਲ ਕੋਸ਼ਿਸ਼ ਕਰਾਂਗੇ ਜੇ ਇੱਥੇ ਕਮੈਂਟ ਛੱਡੋ ਤੇ ਤੁਹਾਡਾ ਨਾਲ ਰਾਬਤਾ ਕਰੀਏ ਤੇ ਇਹ ਜਿਹੜਾ ਤੁਹਾਡਾ ਮੋਬਾਈਲ ਹੈ ਨਾ ਮੋਬਾਈਲ ਮੋਬਾਈਲ ਨਹੀਂ ਮੋਬਾਈਲ ਜਿਹੜਾ ਤੁਹਾਡਾ ਇਹ ਕੋ ਮਾੜਾ ਚੰਗਾ ਮੋਬਾਈਲ ਤੁਹਾਨੂੰ ਲੈ ਦਈਏ ਤੇ ਜਿਹੜਾ ਨਾ ਤੁ ਤੇ ਇੰਨਾ ਕਰ ਸਕਦੇ ਬਾਕੀ ਜਿਹੜੇ ਪਾਕਿਸਤਾਨ ਦੇ ਹਾਲਾਤ ਨੇ ਤੋਂ ਰੱਬ ਨਹੀਂ ਬਦਲਨੇ ਨੇ ਤੇ ਅਸੀਂ ਆਵਾਜ਼ ਚੁੱਕ ਸਕਨੇ ਅਗਲੀ ਗੱਲ ਉਹਨਾਂ ਕੀਤੀ ਹੈ ਜੀ ਇਹ ਗੌਰਬਾਦ ਸਾਹਿਬ ਨੇ ਉਹਨਾਂ ਕਿਹਾ ਗਿਲ ਸਾਹਿਬ ਰੋਲ ਵੀ ਗਏ ਆ ਤੇ ਚਸ ਬੜੀ ਆਉਂਦੀ ਏ ਅਸੀਂ ਇੱਥੇ ਰੁਲ ਗਏ ਆ ਪਰ ਜਨਾਬ ਸਾਡੀ ਇਹ ਮੇਰਾ ਖਿਆਲ ਕਹਿਣਾ ਇਹ ਚਾਹੁੰਦੇ ਨੇ ਕਿ ਸਾਨੂੰ ਚਸ ਕੋਈ ਨਹੀਂ ਆਉਂਦੀ ਸਿਰਫ ਤੁਹਾਡਾ ਵੀਲੌਗ ਸੁਣ ਕੇ ਚਸ ਆਉਂਦੀ ਏ ਲੇਕਿਨ ਜਦੋਂ ਤੁਸੀਂ ਸਾਨੂੰ ਜਵਾਬ ਨਹੀਂ ਦਿੰਦੇ ਤੇ ਉਸ ਵੇਲੇ ਫਿਰ ਅਸੀਂ ਵੀ ਸਾਨੂੰ ਗੁੱਸਾ ਆਉਂਦਾ ਹੁਣ ਫਿਰ ਅਸੀਂ ਆਖਿਆ ਵੀਲੌਗ ਸੁਣੀ ਹੈ ਜਾਂ ਨਾ ਸੁਣੀ ਹੈ ਫਿਰ ਕੀ ਕਰੀਏ ਇੰਜ ਨਾ ਕਰ ਗੌਰ ਇੰਜਨਾ ਕਰੋ ਗੋਹਰ ਸਾਹਿਬ ਤੁਹਾਨੂੰ ਪਤਾ ਹੀ ਹੈ ਵੀ ਹਜ਼ਾਰਾਂ ਕਮੈਂਟ ਆਉਂਦੇ ਨੇ ਤੇ ਉਹ ਫਿਰ ਸਾਰੇ ਤੇ ਨਹੀਂ ਇੱਥੇ ਗੱਲਾਂ ਕੀਤੀਆਂ ਜਾ ਸਕਦੀਆਂ ਨਾ ਤੁਹਾਡੀ ਮਿਹਰਬਾਨੀ ਬਾਰਾਲ ਅਸਾਂ ਸ਼ਾਮਿਲ ਕੀਤਾ ਹੈ ਅੱਗੋਂ ਜਨਾਬ ਸਜਾਦ ਮਦਨੀ ਸਾਹਿਬ ਆਖਦੇ ਨੇ ਵੀ ਗਿਲ ਸਾਹਿਬ ਸਾਡੇ ਜ਼ਮਾਨੇ 'ਚ ਇੱਕ ਆਣਾ ਜਿਹੜਾ ਉਹਦੇ 4 ਪੈਸੇ ਹੁੰਦੇ ਸੀ ਤੇ 12 ਆਣੇ ਦੇ ਵਿੱਚ 48 ਪੈਸੇ ਹੁੰਦੇ ਸੀ ਇਹ ਬਜ਼ੁਰਗੋ ਕਿਤੇ ਬਹੁਤੇ ਪੁਰਾਣੇ ਜੇ ਮੈਂ ਵੀ ਬੜਾ ਪੁਰਾਣਾ ਪਰ ਤੁਸੀਂ ਤੇ ਕਿਤੇ ਕਾਇਮ ਅਲੀ ਸ਼ਾਹ ਸਾਹਿਬ ਦੇ ਵੇਲੇ ਦੇ ਲੱਗਦੇ ਜੇ ਮੈਨੂੰ ਪਤਾ ਐਡੇ ਪੁਰਾਣੇ ਨਹੀਂ ਮੈਂ ਮਜ਼ਾਕ ਕਰਨ ਰਿਆਂ ਇਹ ਗੱਲ ਸੱਚੀ ਕਰਦੇ ਹੋ ਪਹਿਲਾਂ ਐਂਜੀ ਸੀ ਅੱਛਾ ਜੀ ਅਗਲੀ ਗੱਲ ਜਿਹੜੀ ਆ ਨਾ ਜੀ ਉਹ ਹਸੈਨ ਰਾਜਪੂਤ ਸਾਹਿਬ ਨੇ ਕੀਤਾ ਹੈ ਉਹਨਾਂ ਕਹਿੰਿਆ ਗਿੱਲ ਸਾਹਿਬ ਪਹਿਲਾਂ ਅਸੀਂ ਦੂਸਰੇ ਚੈਨਲ ਸੁਣਦੇ ਹੁੰਦੇ ਸਾਂ ਹੁਣ YouTube ਵਾਲੇ ਪਾਸੇ ਹੀ ਆ ਗਏ ਆ ਤੇ ਜਦੋਂ ਦੇ ਤੁਹਾਡੀਆਂ ਖਬਰਾਂ ਸੁਣਣ ਲੱਗੇ ਆ ਤੁਸੀਂ ਖਬਰਾਂ ਤੇ ਬੜਾ ਚੰਗਾ ਚਾਨਣ ਪਾਉਂਦੇ ਹੋ ਤੇ ਲਿੱਤਰਪੋਲਾ ਵੀ ਚੰਗਾ ਕਰਦੇ ਹੋ ਤੇ ਤਾਰੀਫ ਕਰਨ ਦੀ ਗੱਲ ਨਹੀਂ ਜੇ ਯਕੀਨ ਜਾਣੋ ਤੇ ਪੂਰੀਆਂ ਖਬਰਾਂ ਦਾ ਨਿਚੋੜ ਕੱਢ ਕੇ ਰੱਖ ਦਿੰਦੇ ਹੋ ਤੇ ਨਾਲ ਹਲਕੇ ਫੁਲਕੇ ਟੋਟੇ ਵੀ ਚਸਕਰਾ ਦਿੰਦੇ ਨੇ ਚਲੋ ਜੀ ਚੰਗੀ ਗੱਲ ਅਸੀਂ ਸਾਰੇ ਹੈ ਹੀ ਤੁਹਾਨੂੰ ਪਤਾ ਹੈ ਕਿ ਅਸੀਂ ਸਾਰੇ ਤਮਾਸ਼ਵੀਨ ਲੋਕ ਹੈ ਸਾਰੇ ਅਸੀਂ ਪੰਜਾਬੀ ਹਲਕੀ ਫੁਲਕੀ ਤਮਾਸ਼ਵੀਨੀ ਸਾਨੂੰ ਪਸੰਦ ਹੈ ਹੱਸਦੇ ਰਹੋ ਤੇ ਵਸਦੇ ਰਹੋ ਤੇ ਅੱਲਾਹ ਦੀ ਇਮਾਨ ਚ ਰਹੋ ਉਹਨਾਂ ਸਾਨੂੰ مشورہ ਦਿੱਤਾ ਹੈ ਕਿ 5 ਮਿੰਟ ਪ੍ਰੋਗਰਾਮ ਹੋਰ ਵਧਾ ਦਿਓ ਤੇ ਖਬਰਾਂ ਦਾ ਦਾਇਰਾ ਵੀ ਇਹ ਜਨਾਬ ਤੁਹਾਡਾ ਅੱਜ ਰਾਜਪੂਤ ਸਾਹਿਬ ਅਸਾਂ ਰਾਣਾ ਸਾਹਿਬ ਤੁਹਾਡਾ ਅਸੀਂ ਇਹ ਜਿਹੜਾ ਨਾ ਇਹ ਪੜ ਲਿਆ ਸੀ ਤੁਹਾਡਾ ਜਿਹੜਾ ਕਮੈਂਟ ਸੀ ਚਿੱਠੀ ਪੱਤਰ ਸੀ ਤੇ ਅੱਜ ਤੁਸੀਂ ਵੇਖਿਆ ਹੋਏਗੇ ਵੀ ਅਸੀਂ ਖਬਰਾਂ ਵਧਾਉਂਦੀਆਂ ਨੇ ਹੁਣ ਕੋਸ਼ਿਸ਼ ਕਰਾਂਗੇ ਵੀ ਖਬਰਾਂ ਤੁਹਾਨੂੰ ਬਹੁਤੀਆਂ ਦੇਈਏ ਅੱਛਾ ਜੀ ਅਗਲਾ ਕਮੈਂਟ ਹੈ ਮੇਰੇ ਇਲਾਕੇ ਦਾ ਬੰਦਾ ਹੈ ਇਹ 사ஜித் ਜਵੇਦ ਸਾਹਿਬ ਨੇ ਕਿਹਾ ਵੀ ਗਿੱਲ ਸਾਹਿਬ ਮੈਂ 79 GB ਸਰਸ਼ਮੀਰ ਤੋਂ 84 ਸਰਸ਼ਮੀਰ ਹੈ ਮੂਰਖਾ 79 ਜਿਹੜੀ ਹੈ ਨਾ ਉਹ ਉਹ 79 ਹੈ ਉਹਦਾ ਨਾਂ ਹੀ 79 ਹੈ ਨਾ ਉਹਦਾ ਵੀ ਹੈਗਾ ਪਰ ਲੈਂਦਾ ਕੋਈ ਨਹੀਂ ਉੱਥੇ ਆਸ਼ਿਕ ਪਹਿਲਵਾਨ ਰਹਿੰਦਾ ਹੈ ਉਹ ਤੁਹਾਨੂੰ ਪਤਾ ਬੜਾ ਬੜਾ ਨਾਰਾ ਆਦਮੀ ਹੈ ਬੜਾ ਤਗੜਾ ਬੰਦਾ ਹੋਤੋਂ ਦਾ ਸਾਡਾ ਸੱਜਣਾ ਹੈ ਆਸ਼ਿਕ ਪਹਿਲਵਾਨ ਜਿਹੜਾ ਪੈਟਰੋਲ ਪੰਪ ਤੇ ਬੈਠਾ ਰਹਿੰਦਾ ਸਾਰਾ ਦਿਨ ਨਿਸਰ ਕੇ ਤੇ ਬੰਦਾ ਚੰਗਾ ਹੈ ਵਾਰਾ ਲੋ ਤੇ ਤੂੰ ਇਹ ਆਸ਼ਿਕ ਪਹਿਲਵਾਨ ਦੇ ਪਿੰਡ ਦਾ ਇਸ ਲਈ ਬਈ ਤੇਰਾ ਕਮੈਂਟ ਅਸੀਂ ਨਹੀਂ ਸੀ ਛੱਡ ਸਕਦੇ ਇਹਨਾਂ ਆਖਿਆ ਵੀ ਗਿੱਲ ਸਾਹਿਬ ਗੱਲ ਇਹ ਹੈ ਕਿ ਇੱਕ ਜਿਹੜੇ ਲੌਂਡਾ ਲਪਾੜਾ ਜੀ ਅਲ ਮਾਰੂਫ ਮਾਮਾ ਮਹੂਦਾ ਜੀ ਨੇ ਉਹਨਾਂ ਦੀ ਵੀ ਕਲਾਸ ਲਾਉਂਦੇ ਭਾਈ ਕਿੰਨੀ ਗਲਈਏ ਹੁਣ ਵਾਵਾ ਲਈਏ ਉਹਨਾਂ ਆਖਿਆ ਜੀ ਉਹ ਤੁਹਾਡੀ ਕਾਪੀ ਕਰਦੇ ਨੇ ਤੇ ਉਹਨਾਂ ਨੇ ਇੱਕ ਨਵਾਂ ਸੈਗਮੈਂਟ ਸ਼ੁਰੂ ਕੀਤਾ ਜਿਹਦੇ ਵਿੱਚ ਉਹਨਾਂ ਨੇ ਸਵਾਲ ਜਵਾਬ ਰੱਖਿਆ ਤੇ ਤੁਹਾਡੇ ਤਰ੍ਹਾਂ ਲੋਕਾਂ ਦੇ ਕਮੈਂਟ ਲੈ ਕੇ ਉਹਦਾ ਜਵਾਬ ਦਿੰਦੇ ਨੇ ਇਹ ਗੱਲ ਸੱਚੀ ਹੈ ਮੇਰੀ ਨਜ਼ਰ ਚੋਂ ਵੀ ਗੁਜ਼ਰੀ ਮੇਰੇ ਟੀਮ ਵਾਲਿਆਂ ਨੇ ਮੈਨੂੰ ਦੱਸਿਆ ਹੈ ਕਿ ਅਸੀਂ ਤੇ ਤੁਹਾਨੂੰ ਪਤਾ ਵੀ ਇਹ 2-3 ਮਹੀਨੇ ਤੋਂ ਕੰਮ ਸ਼ੁਰੂ ਕੀਤਾ ਹੈ ਜਿਹੜੇ ਤੁਹਾਡੇ ਕਮੈਂਟ ਲੈਣ ਦਾ ਤੇ ਇਹ ਲੌਣਾ ਲਪਾੜਾ ਜੀ ਨੇ ਸਾਡੇ ਵਾਲ ਵੇਖ ਕੇ ਮੇਰੀ ਟੀਮ ਨੇ ਦੱਸਿਆ ਕਿ ਉਹਨਾਂ ਨੇ ਇਹਨੂੰ ਨਾਂ ਦਿੱਤਾ ਕੰਮ ਇਹੀ ਕਰਦੇ ਨੇ ਪਰ ਉਹਨਾਂ ਨਾਂ ਦਿੱਤਾ ਹੈ ਕਿ ਜੀ ਅਸੀਂ ਸਵਾਲ ਜਵਾਬ ਲਿਆ ਕਰਾਂਗੇ ਤੇ ਤੁਹਾਡੇ ਵਾਲਾ ਕੰਮ ਕਰਦੇ ਨੇ ਵੇਖੋ ਗੱਲ ਇਹ ਹੈ ਮੈਂ ਇੱਕ ਉਸਤਾਦ ਮੈਂ ਸਾਰੀ ਉਮਰ ਪੜਾਇਆ ਕੋ 20 21 ਵਰੇ ਪੜਾਇਆ ਮੈਂ ਤੇ ਮੈਂ ਇਹ ਸਮਝਣਾ ਵੀ ਜਿਹੜਾ ਇਲਮ ਹੈ ਨਾ ਵੰਡਣਾ ਚਾਹੀਦਾ ਹੋ ਸਕਦਾ ਕੋਈ ਗੱਲ ਅਸੀਂ ਵੀ ਉਹਨਾਂ ਕੋਲੋਂ ਸਿੱਖੀ ਹੋਵੇ ਕਦੇ ਜਾਂ ਕੋ ਹੋਰ ਦੋਸਤਾਂ ਕੋਲੋਂ ਸਿੱਖੀ ਹੋਵੇ ਬੜੇ ਸਾਰੇ ਅਰਸ਼ ਸ਼ਰੀਫ ਸ਼ਹੀਦ ਕੋਲੋਂ ਮੈਂ ਬੜਾ ਕੁਝ ਸਿੱਖਿਆ ਯਕੀਨ ਕਰੋ ਸਹਾਫਤ ਦੇ ਬਾਰੇ ਜਿਹੜੀਆਂ ਮਾੜੀਆਂ ਚੰਗੀਆਂ ਗੱਲਾਂ ਨੇ ਉਹ ਖਾਬਰ ਘੁੰਮਣ ਸਾਹਿਬ ਕੋਲੋਂ ਮੌईद ਪੀਰ ਜ਼ਾਦਾ ਸਾਹਿਬ ਕੋਲੋਂ ਸਾਬਰ ਸ਼ਾਕਰ ਸਾਹਿਬ ਕੋਲੋਂ ਹੁਸੈਨ ਸੈਬਾਈ ਸਾਹਿਬ ਕੋਲੋਂ ਫਿਰ ਆਪਣੇ ਚੌਧਰੀ ਗੁਲਾਮ हुसैन ਸਾਹਿਬ ਕੋ ਮੇਰਾ ਮਤਲਬ ਹੈ ਲੈਹਿੰਦੇ ਪੰਜਾਬ ਦੇ ਚੜ੍ਹਦੇ ਸਹਾਫੀ ਨੇ ਬੜੇ ਤਗੜੇ ਸਹਾਫੀ ਨੇ ਚੌਧਰੀ ਗੁਲਾਮ ਸਾਹਿਬ ਇਸੇ ਤਰ੍ਹਾਂ ਹੋਰ ਬੜੇ ਸਾਰੇ ਹਬੀਬ ਅਕਰਮ ਸਾਹਿਬ ਨੇ ਬੜੇ ਸਾਰੇ ਯਾਰ ਸੱਜਣ ਨੇ ਉਹਨਾਂ ਕੋਲੋਂ ਅਸੀਂ ਵੀ ਸਿੱਖੀ ਹੈ ਤੇ ਜੇ ਲੌਂਡਾ ਲਪਾੜਾ ਜੀ ਨੇ ਸਾਡੀ ਗੱਲ ਸਿੱਖ ਲਈ ਹੈ ਤੇ ਮਾੜੀ ਗੱਲ ਕੋਈ ਨਹੀਂ ਚੰਗਾ ਚਸਕਰਾਂ ਲੋਕਾਂ ਦੀ ਉਹਨਾਂ ਦੀ ਗੱਲਬਾਤ ਵੀ ਸੁਣਨ ਪਰ ਇਹ ਮੈਂ ਸਿਰ ਵੱਖਾਂਗਾ ਵੀ ਗੱਲ ਸੱਚੀ ਸੁਣਾਣ ਮੈਨੂੰ ਪਤਾ ਮੁੰਡਿਆਂ ਕੋਲ ਲੱਗਾ ਹੈ ਵੀ ਆਪ ਹੀ ਲਿਖ ਕੇ ਸੁਣਾਉਂਦੇ ਨੇ ਅਸਲ ਕਮੈਂਟ ਨਹੀਂ ਵਿਖਾਉਂਦੇ ਜਿਵੇਂ ਅਸੀਂ ਵਿਖਾ ਕੇ ਗੱਲ ਕਰਦੇ ਨਾ ਇਹ ਅਸਲ ਕਮੈਂਟ ਰੱਖੋ ਬਈ ਆਪ ਗੱਲ ਨਾ ਕਰੋ ਤੇ ਉਹ ਸਾਡੀ ਨਕਲ ਕਰਨ ਇਹਨੂੰ ਨਕਲ ਕਰਨਾ ਆਖੋ ਜਾਂ ਸਾਡੇ ਕੋਲੋਂ ਸਿੱਖ ਕੇ ਕੰਮ ਕਰਨਾ ਆਖੋ ਜੋ ਮਰਜ਼ੀ ਆਖੋ ਪਰ ਮੈਂ ਖੁਸ਼ ਆਂ ਵੀ ਚਲੋ ਕੋਈ ਕੰਮ ਕਰਨ ਰਹੇ ਨੇ ਅੱਛਾ ਜੀ ਇਹ ਆਖਰੀ ਕਮੈਂਟ ਰੱਖਾਂਗੇ ਇਹ ਇਹਨਾਂ ਨੇ ਉਮਰ ਛਗੀਰ ਸਾਹਿਬ ਨੇ ਆਖਿਆ ਵੀ ਸ਼ਬਾਜ਼ ਗਿਲ ਸਾਹਿਬ ਤੁਹਾਡਾ ਵੀਲੌਗ ਚੰਗਾ ਲੱਗਦਾ ਮੈਂ ਇੱਥੇ ਇੰਗਲੈਂਡ 'ਚ ਰਹਿਣਾ ਤੇ ਇੱਕ ਟਰੈਕਟਰ ਟਰੱਕ ਡਰਾਈਵਰ ਹੈ ਤੇ ਮੈਂ ਤੁਹਾਡਾ ਵੀਲੌਗ ਸੌਂਦਾ ਇਹ ਦਿਲ ਕਰੋ ਮੈਂ ਤੁਹਾਨੂੰ ਸੱਚੀ ਦੱਸਾਂ ਵੀ ਇਹ ਦਿਲ ਮੇਰਾ ਵੀ ਖੁਸ਼ ਹੋ ਗਿਆ ਇੱਥੇ ਰੌਲਾ ਪਤਾ ਕੀ ਹੈ ਜਿਹੜਾ ਚਾਰਜ ਮਾਤਾ ਪੜ ਜਾਂਦਾ ਨਾ ਆਪਣੀ ਕਲਾਸ ਬਦਲ ਜਾਂਦਾ ਉਹ ਫਿਰ ਉਸ ਕਲਾਸ ਨਾਲ ਗੱਲ ਨਹੀਂ ਕਰਨਾ ਚਾਹੁੰਦਾ ਮੈਂ ਜਿਸ ਵੇਲੇ ਇਹ ਵੀਲੌਗ ਸ਼ੁਰੂ ਕੀਤਾ ਨਾ ਪੰਜਾਬੀ ਮੈਨੂੰ ਬੜਿਆ ਸਾਰੇ ਨੇ ਆਖਿਆ ਵੀ ਗਿੱਲ ਸਾਬ ਇਹ ਕੰਮ ਨਾ ਕਰਿਆ ਜੇ ਤੁਸੀਂ ਅਨਪੜ ਲੱਗੋਗੇ ਜਾਹਲ ਲੱਗੋਗੇ ਅੰਗਰੇਜ਼ੀ ਚ ਇੱਕ ਲਫਜ਼ ਹੈ ਅਨਕਾਉਥ ਉਹ ਤੁਸੀਂ ਅਨਕਾਉਥ ਲੱਗੋਗੇ ਤੇ ਜਨਾਬ ਇਹ ਕੰਮ ਨਾ ਕਰੋ ਪੰਜਾਬੀ ਵੀ ਲਗ ਨਾ ਕਰੋ ਉਰਦੂ ਕਰੋ ਤੇ ਅੰਗਰੇਜ਼ੀ ਕਰੋ ਮੈਂ ਅੰਗਰੇਜ਼ੀ ਵੀ ਕੀਤੇ ਸੀ ਥੋੜੇ ਜਿਹਾ ਵੀ ਲੌਗ ਉਹ ਸਾਡੇ ਮੁਲਕ ਚ ਨਾ ਕੋਈ ਵੇਖਦਾ ਤੇ ਉਹਦੀ ਰੀਚ ਹੀ ਨਹੀਂ ਬਣਦੀ ਮਤਲਬ ਕਿ ਗੱਲ ਇਹ ਕਿ ਜਿਹੜੀ ਮੈਂ ਕੋਸ਼ਿਸ਼ ਕਰਾ ਚਾਰ ਦਿਮਾਗਾ ਤੱਕ ਚਾਰ ਕੰਨਾਂ ਤੱਕ ਅਪੜੇ ਚਾਰ ਦਿਲਾਂ ਤੱਕ ਅਪੜੇ ਤੇ ਕੋਈ ਉਹਨਾਂ ਨੂੰ ਦਿਲ ਦੇ ਵਿੱਚ ਲੈਟ ਪਹੁੰਚੇ ਤੇ ਮੇਰਾ ਮਕਸਦ ਪੂਰਾ ਹੋਣਾ ਨਾ ਤੇ ਉਹ ਇਸ ਆਸ ਤੇ ਮੈਂ ਕਿਹਾ ਵੀ ਪੰਜਾਬੀ ਸਾਡੀ ਮਾਂ ਬੋਲੀ ਹੈ ਤੇ ਜਿਵੇਂ ਕਿਉਂ ਨਾ ਕਰਾਂ ਤੇ ਬਾਹਰ ਲੇ ਕੇ ਜਿਹੜਾ ਇੱਥੇ ਚਾਰਜ ਮਾਤਾ ਪੜ ਜਾਂਦਾ ਕਲਾਸ ਹੀ ਬਦਲ ਲੈਂਦਾ ਆਪਣਾ ਹਾਲਾਂਕਿ ਇਨਸਾਨ ਤੇ ਸਾਰੇ ਬਰਾਬਰ ਨੇ ਤੇ ਮੈਨੂੰ ਬੜਾ ਬੜਾ ਅੱਛਾ ਲੱਗਾ ਜੇ ਇਹ ਤੁਹਾਡਾ ਸੁਣ ਕੇ ਵੀ ਤੁਸੀਂ ਜਨਾਬੇ ਆਲੀ ਟਰੱਕ ਡਰਾਈਵਰ ਹੋ ਤੇ ਮੈਨੂੰ ਸੁਣਦੇ ਹੋ ਤੇ ਮੇਰੇ ਵੀਰ ਹੋ ਤੇ ਤੁਹਾਡੀ ਗੱਲ ਮੇਰੇ ਤੁਹਾਡੇ ਮੇਰੀ ਗੱਲ ਤੁਹਾਡੇ ਦਿਲ ਤੱਕ ਪੜ ਗਈ ਇਸ ਤੋਂ ਵੱਡੀ ਕਾਮਯਾਬੀ ਮੇਰੀ ਕਿਹੜੀ ਹੈ ਤੇ ਲੋ ਜੀ ਮੈਨੂੰ ਹੁਣ ਇਜਾਜ਼ਤ ਦਿਓ Imran Khan ਆਸਤੇ ਦੁਆਵਾਂ ਕਰਨੀਆਂ ਜੇ ਕਿਉਂਕਿ ਤੁਹਾਡੇ ਆਸਤੇ ਦੁਆਵਾਂ ਕਰਦਾ ਤੇ Imran Khan ਆਸਤੇ ਨਾਲ ਤੁਸੀਂ ਜੁੜੇ ਰਹਿਣਾ ਜਿਹੜੀ ਵੀ ਗੱਲ ਇਸ ਵੇਲੇ ਪਾਕਿਸਤਾਨ ਦੀ ਹੈ ਉਹ Imran Khan ਦੇ ਨਾਲ ਹੀ ਹੈ ਤੇ ਮੈਨੂੰ ਹੁਣ ਦਿਓ